ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ। ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਦੀਆਂ 3 ਮੱਝਾਂ ਸੇਲ ਲਈ ਲੈ ਕੇ ਆਏ ਜੀ। ਵੀਰ ਦੇ ਮੁੱਲ ਆ ਜਿਹੜੇ ਬਹੁਤ ਘੱਟ ਹੁੰਦੇ ਨੇ ਬਾਈ, ਅਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ। ਜੇ ਕੋਈ ਵੀਰ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਓ ਜੀ। ਕੰਟੈਕਟ ਨੰਬਰ ਨੋਟ ਕਰੋ 84467 1512। ਆਓ ਪੁੱਛ ਲੈਂਦੇ ਬਾਈ ਤੁਹਾਡੇ ਅੱਜ ਬਾਈ ਜੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਹੋਰ ਬਾਈ ਨਰਵੈਰ ਠੀਕ ਹੋ? ਠੀਕ ਹੈ ਬਾਈ, ਚੜ੍ਹਦੀ ਕਲਾ ਐਨ ਪਰਮਾਤਮਾ ਦੀ ਕਿਰਪਾ ਵਾ। ਚਲੋ ਵਧੀਆ ਵਧੀਆ ਚੱਲ ਲੱਗਾ ਕੰਮ, ਪੂਰਾ ਵਧੀਆ ਡਾਕਟਰ, ਪੂਰਾ ਵਧੀਆ ਪਰਮਾਤਮਾ ਦੀ ਕਿਰਪਾ ਬਾਈ। ਠੀਕ ਆ, ਮੁੱਲ ਜਾਇਜ਼ ਹੀ ਹੁੰਦੇ ਆ? ਜਾਇਜ਼ ਹੀ ਹੁੰਦੇ ਆ ਜੀ। ਠੀਕ ਆ, ਨਾਮ ਤੇ ਐਡਰੈਸ ਬੋਲ ਦਿਓ। ਨਾਮ ਬਾਈ ਇੰਦਰਭੈ ਸਿੰਘ, ਪਿੰਡ ਸੰਘੇੜਾ, ਜ਼ਿਲ੍ਹਾ ਬਰਨਾਲਾ। ਇਹ ਬਰਨਾਲੇ ਬਿਲਕੁਲ ਨਾਲ ਹੀ ਪਿੰਡ ਆ ਬਾਈ, 1.5 ਕਿਲੋਮੀਟਰ ਦੂਰੀ ਤੇ ਆ ਬਾਈ। ਠੀਕ ਆ ਬਾਈ, ਹਾਂਜੀ। ਮੋਬਾਈਲ ਨੰਬਰ ਬੋਲ। 98760 9760। ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ, ਨੋਟ ਕਰ ਲਓ ਬਾਈ। ਜਿਹੜੀ ਪਹਿਲੇ ਨੰਬਰ ਵਾਲੀ ਮੱਝ ਆ, ਕਿਹੜਾ ਸੂਆ ਸੂਈ ਆ ਇਹ ਬਾਈ? ਤੀਜਾ ਸੂਆ ਸੂਈ ਆ ਤੇ ਅੱਜ ਨੂੰ ਸੂਈ ਨੂੰ 12ਵਾਂ ਦੇਣਾ ਡਾਕਟਰ। ਆ ਬੱਚਾ ਦਿਖਾ ਦਿਓ ਇੱਧਰ ਦੀ। ਬੱਚਾ ਕੀ ਆ ਬਾਈ? ਕੱਟਾ ਹੈਗਾ ਬਾਈ ਇਹਦੇ ਮਗਰ। ਕੱਟਾ ਚੰਗਾ ਨਾ? ਹਾਂ, ਕੱਟਾ ਬਹੁਤ ਵਧੀਆ ਹੈਗਾ ਬਾਈ, ਇਹਦਾ ਵੀ ਬਹੁਤ ਚੰਗਾ। ਹਾਂ, ਮੈਸ ਵੀ ਬਹੁਤ ਚੰਗੀ ਆ ਬਾਈ, ਮੱਝ ਵੀ ਚੰਗੀ ਆ, ਫੇਸ ਦੇ ਕੋਲ ਦਿਖਾ ਦਿਓ ਬਾਈ, ਕੁਆਲਿਟੀ ਬਹੁਤ ਚੰਗੀ ਆ, ਇੱਧਰ ਦੀ ਮਾਰ ਦੋ ਜਾਂਦਾ ਬਾਈ, ਇੱਧਰੋਂ ਦਿਖਾ। ਹਾਂਜੀ ਹਾਂ, ਕੀ ਬਾਤ ਆ, ਪੂਰਾ ਮੁੱਠੀ ਵਾਲਾ ਥਾਣਾ ਬਾਈ। ਹਾਂਜੀ ਹਾਂਜੀ। ਦੁੱਧ ਕਿੰਨਾ ਹੁਣ? ਦੁੱਧ ਹੁਣ ਬਾਈ 11 ਲੀਟਰ ਹੋਊਗਾ, ਪਰ ਆਪਾਂ 10 ਹੀ ਕਹਿ ਕੇ ਦੇਣੀ ਆ ਡਾਕਟਰ। ਠੀਕ ਆ ਬਾਈ। ਹਾਂ ਬਾਈ, ਮੜੀ ਤੋੜ ਕੇ ਦਿਖਾ ਦਿਓ। ਚਮਕ ਫੁੱਲ ਆ, ਰਾਜੀ ਫੁੱਲ ਆ ਤੇ ਫੇਸ ਬੜਾ ਚੰਗਾ, ਸਿੰਗ ਕੁਆਲਿਟੀ ਚੰਗੀ ਆ, ਥਣ ਬਹੁਤ ਚੰਗਾ, ਲੇਵਾ ਲੂਵਾ ਕਮਾਲ ਦਾ, ਕੱਲਾ ਕੱਲਾ ਥਣ ਬਾਈ, ਮੁੱਠੀ ਵਾਲਾ ਥਣ, ਤੋਰਾ ਤਾਰਾ ਬਹੁਤ ਚੰਗਾ, ਪਿੱਠ ਬੜਾ ਬਹੁਤ ਚੰਗਾ ਯਾਰ ਮੱਝ ਦਾ, ਹਨਾ ਬਾਈ? ਹਾਂ ਜੀ ਹਾਂ ਜੀ, ਸਹੀ ਗੱਲ ਆ। ਬੋਡੀ ਬਣਤਰ ਆਈ ਮੈਂ ਸਰ ਡਾਕਟਰ, ਦੁੱਧ 13-14 ਕਿਲੋ ਖੁੱਲ੍ਹਾ ਹੀ ਪਿਆ। ਠੀਕ ਆ ਬਾਈ, 11-12 ਤਾਂ ਹੁਣ ਖੁੱਲ੍ਹਾ ਹੀ ਆ, ਆਪਾਂ ਚੱਲ 10 ਹੀ ਕਹਿਣਾ ਬਾਈ, ਕਹਿੰਦਾ ਹੁਣ ਖੁੱਲ੍ਹਾ ਦੁੱਧ ਜਿਹੜਾ ਇਸ ਤਰ੍ਹਾਂ, ਪਰ 10 ਲੀਟਰ ਮੰਨ ਕੇ ਬਾਈ ਨਾਲ ਸੌਦਾ ਕਰਿਓ, ਹਨਾ ਬਾਈ? ਹਾਂ ਜੀ ਹਾਂ ਜੀ। ਤੇ ਮੁੱਲ ਕੀ ਇਹਦਾ ਫਿਰ ਜਾਇਜ਼? ਮੁੱਲ ਡਾਕਟਰ ਇਹਦਾ 82,000 ਰੁਪਈਆ ਆ ਬਸ, ਮਾਨਤਾਨ ਹੋ ਜੀ, ਬਸ ਮਾਨਤਾਨ ਜ਼ਰੂਰ ਹੋਊਗਾ ਜੀ, ਜਮਾ ਜਾਇਜ਼ ਮੁੱਲ 82,000 ਰੁਪਈਆ, ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ। ਹਾਂ ਜੀ ਹਾਂ ਜੀ, ਜ਼ਰੂਰ ਹੋ ਜੀ। ਚੰਗੀ ਆ ਮੱਝ, ਫੇਸ ਚੰਗਾ, ਚਵਾਈ ਕਿਵੇਂ ਆ? 1 ਨੰਬਰ ਆਈ, ਚਾਹੇ ਦੀ ਜਵਾਕ ਚੋਲੇ ਇੰਨੀ ਪੋਲਾ ਚੋਣ ਲੱਗਿਆ ਵਾ ਬਾਈ। ਠੀਕ ਆ ਬਾਈ। ਹਾਂ, ਅੱਗੇ ਬਾਈ 2 ਨੰਬਰ, ਕਿਹੜਾ ਸੂਸ ਹੋਈ ਆ? ਇਹ ਵੀ ਡਾਕਟਰ ਤੀਜਾ ਸੂਈ ਵੀ ਆ, ਇਹਦੇ ਮਗਰ ਕੱਟੀ ਆ ਬਾਈ, ਕੱਟੀ। ਹਾਂ ਯਾਰ, ਹਨਾ, ਇਹਨੂੰ ਅੱਜ 20-22 ਦਿਨ ਹੋ ਗਏ ਹੋਣਗੇ ਸੂਈ ਨੂੰ, ਚਾਹੀਦੀ ਅਗਲਾ ਮਹੀਨਾ ਮੰਨ ਲੇ। ਠੀਕ ਠੀਕ ਆ ਜੀ, ਪਰ ਦਿਨਾਂ 20-22 ਹੋਏ ਆ। ਓਕੇ, ਦੁੱਧ ਕਿੰਨਾ? ਦੁੱਧ ਇਸ ਲਈ ਵੀ 11 ਲੀਟਰ ਹੀ ਆ, 10 ਹੀ ਆਪਾਂ ਇਹਦੇ ਥੱਲੇ ਕਹਿਣਾ ਜੀ। ਠੀਕ ਆ ਬਾਈ। ਹਾਂ, 11 ਲੀਟਰ ਦੁੱਧ ਆ। ਹਾਂ, ਠੰਡੀ ਸੀਲ ਆ ਜੀ ਪੂਰੀ, ਲੀਟਰ ਮੰਨ ਕੇ ਲੈ ਜਿਓ, ਤੁਹਾਨੂੰ ਸਾਨੂੰ ਦਿਖਾ ਦੋ ਜੀ। ਹਾਂ, ਲੇਵਾ ਦੇਖੋ। ਹਾਂ ਜੀ ਹਾਂ, ਮੂਰ ਨੂੰ, ਲੇਵਾ ਮੂਰ ਨੂੰ ਬਹੁਤ ਆ ਜੀ, ਮੁੱਠੀ ਵਾਲਾ ਥਣ, ਮੂਰ ਨੂੰ ਬਹੁਤ ਆ ਬਾਈ ਲੇਵਾ। ਹਾਂ ਜੀ ਹਾਂ ਜੀ, ਮੂਰੋਂ ਵੀ ਦੇਖੋ ਆਰਡਰ, ਇਧਰੋਂ ਵੀ ਆਰਡਰ, ਕਮਾਲ ਦਾ ਬਾਈ, ਕੱਲਾ ਕੱਲਾ ਥਣ, ਮੁੱਠੀ ਵਾਲਾ ਥਣ, ਫੇਸ ਬੋਡੀ ਬੰਤਰ ਦੀ ਮੈਸ ਆ ਜੀ, ਉੜੂ ਪੜਾ ਦੇਖੋ ਜੀ ਕਿੰਨਾ ਚੌੜਾ ਹੈ ਜੀ, ਵੱਡੀ ਗੱਲ ਪਤਾ ਪਿੰਡੇ ਦੀ ਆ। ਹਾਂ ਜੀ ਹਾਂ, ਦੁੱਧ ਵਾਲੇ ਅੰਗਾ ਜੀ ਪੂਰੇ, ਸੂਈ ਸਵਾਈ ਆ, ਬੱਚਾ ਮਗਰ ਬਾਈ ਕੱਟੀ ਆ, ਤੇ 20 ਦਿਨ ਬਾਈ ਦੱਸਦਾ ਬਾਈ, ਉਹਨਾਂ ਮਹੀਨਾ ਮੰਨ ਲਿਓ ਤਾਂ ਵੀ ਕੋਈ ਚੱਕਰ ਨਹੀਂ, ਹਨਾ, ਤੇ ਦੁੱਧ 11 ਲੀਟਰ 10 ਲੀਟਰ ਮੰਨ ਕੇ ਸੌਦਾ ਕਰ ਲਿਓ। ਫੁੱਲ ਕੱਦ ਆ, ਚੰਗੀ ਆ ਬਾਈ, ਪਤਲੇ ਪਿੰਡੇ ਦੀ ਆ, ਥਾਂ ਲੇਵਾ ਬੜਾ ਕਮਾਲ ਆ, ਇਹਦੀ ਚਵਾਈ ਕਿਵੇਂ ਆ? 1 ਨੰਬਰ ਹੀ ਆਈ ਚੋਣ ਇਹਦਾ ਵੀ ਜੀ। ਠੀਕ ਆ। ਹਾਂਜੀ ਹਾਂਜੀ, ਚੋਣ ਚ ਬਾਅਦ ਆਪਾਂ ਪਸ਼ੂ ਮਾੜਾ ਹੀ ਲੈਂਦੇ ਡਾਕਟਰ। ਠੀਕ ਆ ਵੀਰੇ, ਵੀ ਅਗਲੇ ਨੇ ਵੀ ਦੇਖ ਘਰੇ ਰੱਖ ਕੇ ਚੋਣੀ ਹੁੰਦੀ ਹੈ ਨਾ ਜੀ। ਸਹੀ ਗੱਲ ਆ, ਮੁੜ ਕੇ 2 ਕਜੇ ਭਰੀ ਜਾਵੇ ਅਗਲਾ ਜੀ, ਗਾਲਾਂ ਹੀ ਕੱਢਦਾ। ਸਹੀ ਗੱਲ ਆ ਬਾਈ, ਤੇ ਫਿਰ ਐ ਵੀ ਪੈਸੇ ਲਾਉਣੇ ਆ, ਚੰਗੀ ਚੀਜ਼ ਤੇ ਲਾਓ ਜੀ। ਸਹੀ ਗੱਲ ਆ ਬਾਈ, ਮੁੱਲ ਕੀ ਆ ਵੀਰੇ ਦਾ? ਮੁੱਲ ਇਹਦਾ ਵੀ 82,000 ਹੀ ਆ ਜੀ, ਮਾਨਤਾਨ ਹੋ ਜੂ। ਹਾਂ ਜੀ, ਮਾਨਤਾਨ ਲਾਜ਼ਮੀ ਹੋ ਜੂ। ਠੀਕ ਆ ਬਾਈ, 82,000 ਰੁਪਇਆ ਮੁੱਲ ਆ, ਮਾਨਤਾਨ ਜ਼ਰੂਰ ਹੋ ਜੂ।
ਚੰਗੀ ਆ ਮੱਝ ਕੱਦ ਕਾਠ ਵਾਲੀ ਆ ਸਿੰਘ ਸੁੰਘ ਚੰਗਾ ਬੱਚਾ ਮਗਰ ਘੱਟੀ ਆ ਹਾਂ ਅੱਗੇ ਭਰਾ ਤਿੰਨ ਨੰਬਰ ਕਿਹੜਾ ਸੂਆ ਸੂਈ ਵੀ ਆ ਇਹ ਡਾਕਟਰ ਸੂਆ ਤੀਜਾ ਮੰਨ ਲਓ ਚੌਥਾ ਮੰਨ ਲਓ ਥੋੜੀ ਫਿੱਕੀ ਕਰਕੇ ਲੱਗਦੀ ਆ ਕੱਦ ਦਿਖਾ ਦੇ ਡਾਕਟਰ ਕਿੱਡਾ ਕੱਦ ਫੁੱਲ ਆ ਯਾਰ ਹਾਂ ਫੁੱਲ ਕੱਦ ਕਾਠਦੀ ਆ ਪਤਲੀ ਚਮੜੀ ਦੀ ਆ ਤੇ ਇਹਨੂੰ 4-4.5 ਮਹੀਨੇ ਹੋ ਗਏ ਹੋਣਗੇ ਸੂਈ ਨੂੰ ਠੀਕ ਆ ਤੇ 1.25 ਮਹੀਨੇ ਦੀ ਇਹ ਦੱਸਿਆ ਡਾਕਟਰ ਗੱਬਣ ਗੱਬਣ ਤੇ ਉਹ ਅਗਲਾ ਬਾਈ ਫੰਡਰੀ ਮੰਨੇ ਸਿੱਧੀ ਗੱਲ ਪਰ ਅਗਲੇ ਨੇ ਫੁੱਲ ਗਾਰੰਟੀ ਦਿੱਤੀ ਆ ਬਾਈ ਚੈੱਕ ਚ ਨਹੀਂ ਆਉਂਦੀ ਹਾਂ ਚੈੱਕ ਚ ਨਹੀਂ ਆਉਂਦੀ ਉਹ ਯਾਨੀ ਕਿ ਸਾਂਤ ਹੋਈ ਵੀ ਆਪਾਂ ਅਗਲੇ ਨਾਲ ਗੱਲ ਵੀ ਕਰਾ ਦਾਂਗੇ ਜਿੱਥੋਂ ਲਿਆਤੀ ਉਹ ਕਹਿੰਦੇ ਵੀ ਬਾਈ ਤਸੱਲੀ ਸਾਡੀ ਫੁੱਲ ਆ ਠੀਕ ਆ ਰੇਟ ਇੱਥੇ ਬਈ ਇਹ ਫੰਡਰਾਂ ਵਾਲੀ ਵੇਚਣਾ ਆਪਾਂ ਹਨਾ ਬੱਚਾ ਇਹਦਾ ਬੱਚਾ ਨਹੀਂ ਹੈਗਾ ਬਾਈ ਉੱਥੇ ਚੋਕ ਲਿਆਤੀ ਥਾਪੀ ਤੇ ਕੱਲ ਹੀ ਆਈ ਆ ਇਹ ਠੀਕ ਆ ਤੇ ਹੱਥ ਨੇ ਚੋਕ ਲਿਆਤੀ ਸਵੇਰੇ ਨੇ ਆਪਣੇ ਆ ਕੇ ਟੀਕਾ ਲਵਾਇਆ ਬਾਈ ਠੀਕ ਆ ਹੁਣ ਹੱਥ ਨੇ ਖੜ ਸਕਦੀ ਆ ਬਾਈ ਸੀਲ ਠੰਡੀ ਪੂਰੀ ਆ ਠੀਕ ਆ ਬਾਈ ਹਾਂ ਬਾਲਟੀ ਧਰ ਕੇ ਚੋਵੋ ਦੁੱਧ ਕਿੰਨਾ ਦੁੱਧ ਬਾਈ 7 ਲੀਟਰ ਆ 6 ਲੀਟਰ ਹੀ ਆਪਾਂ ਇਹ ਥੱਲੇ ਜਾਣਾ ਬਹੁਤ ਠੀਕ ਆ ਹਾਂ 7 ਲੀਟਰ ਦੁੱਧ ਆ 6 ਲੀਟਰ ਮੰਨ ਕੇ ਸੌਦਾ ਕਰਿਓ ਹਾਂ ਜੀ ਵਿੱਚ ਤੋਰ ਕੇ ਦਿਖਾ ਦੇ ਕੱਦ ਚੰਗਾ ਪਤਲੀ ਚਮੜੀ ਵਾਲੀ ਆ ਖਾਣ ਲਈ ਬਸ ਚੰਗਾ ਬਾਈ ਫੇਸ ਬੜਾ ਪਿਆਰਾ ਸਿੰਘ ਸੁੰਘ ਚੈੱਕ ਕਰ ਲਓ ਨੇੜ ਤੋਂ ਸਿੰਘਾਂ ਦੀ ਕੁਆਲਿਟੀ ਵੀ ਚੰਗੀ ਹੈ ਕਰਮਾਂਗੇ ਬਾਕੀ ਤੋਰਾ ਵਗੈਰਾ ਵੀ ਚੈੱਕ ਕਰਵਾਉਣੇ ਤੋਰਾ ਤਾਰਾ ਵੀ ਬਾਈ ਕਰਮਾਂ ਦਾ ਚੰਗਾ ਗਾ ਤੇ ਕੀ ਮੁੱਲ ਆ ਭਰਾ ਇਹਦਾ ਫਿਰ ਇਹ ਮੁੱਲ ਵੀ ਡਾਕਟਰ 57,000 ਦੀ ਦੇ ਦਾਂਗੇ ਮਾਨਦਾਨ ਹੋ ਜੂ ਮਾਨਦਾਨ ਕਰ ਦਾਂਗੇ ਜੀ ਉਹਦੇ ਵਿੱਚ 57,000 ਰੁਪਇਆ ਮੁੱਲ ਆ ਬਾਕੀ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜੂ ਮੁੱਲ ਜਾਇਜ਼ ਆ ਬਈ ਦੁੱਧ ਵੀ ਹੈਗਾ 6 ਲੀਟਰ ਪੈਂਡ ਫੁੱਟ ਫੁੱਲ ਆਉਂਦੀ ਉਦੋਂ ਕਢੋਈ ਵੀ ਹੈ ਨਾ ਪੂਰੀ ਪੂਰੀ ਐ ਆਉਂਦੀ ਆ ਜੀ ਠੀਕ ਆ 9.5 ਜੀ ਠੀਕ ਆ ਬਈ ਫੇਸ ਦੇਖੋ ਬਈ ਹਾਂ ਜੀ ਪਤਲੀ ਚਮੜੀ ਆ ਠੰਡੀ ਸੀਲ ਆ ਉਂਚਵਾਈ ਨੂੰ ਤਾਂ ਠੰਡੀ ਹੋ ਪੂਰੀ ਜੀ ਐਨ 1 ਨੰਬਰ ਆਈ ਚੋਣ ਚਵਾਈ ਆ ਜੀ ਠੀਕ ਆ ਨਾਗ ਸੀਗੇ ਭਰਾ ਕੋਲੇ ਤਿੰਨ ਬਈ ਤਿੰਨ ਹੀ ਦਿਖਾਤੇ ਕਿਸੇ ਭਰਾ ਦੇ ਤਿੰਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰਕੇ ਖਰੀਦ ਲਿਓ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ।